अज साबका सैनिक संघर्ष कमेटी वालों जिला हेड क्वार्टर केंद्र सरकार वालों एक रिंग एक पेंशन देने मौके साबका सैनिकों नाल किए गए वितकरे नूं लैके केंद्र सरकार खिलाफ धरना प्रदर्शन किया गया अते डीसी गुरदासपुर के दफ्तर तक रोस मार्च किया गया अते केंद्र सरकार खिलाफ नारेबाजी की गई। अपनियां मंगां नूं लैके एक मंग पत्र देश के प्रधानमंत्री अते राष्ट्रपति दे नाल एडीसी गुरदासपुर नूं सौंपिया गया। उसे साबका सैनिक जथेबंदी ने आगू ने सारे साबका सैनिकों केंद्र सरकार खिलाफ खोल के मोर्चे में एकजुट होने का सद्दा दिता गया। ब्यूरो रिपोर्ट ऑल पंजाब न्यूज। पंजाब नूं ते पंजाबियों नूं ते भारतवासियों नूं दुश्मनां तों बचाउण दे लई हर संभव कोशिश कीती है ते तुहाडी जिहड़ी मंगां हैगियां ने इन्हां नूं असीं एक्सेप्ट कर लिया ते इन्हां नूं डेफिनेटली उपर तक पहुंचावांगे ते केस नूं परस्यू करांगे ताकि वन रैंक वन पेंशन उस तो बिना जो भी तुहाडे जेन्युइन क्लेम्स हैगे ने उन्हां सारयां नूं सरकार प्रोसेस करे। मेरी तुहाडे सारयां नूं बेनती हैगी है कि जो भी असीं अपने लेवल तों कारवाई करनी है वो असीं करांगे। ਤੁਸੀਂ ਪਲੀਜ਼ ਆਪਣੇ ਆਪਣੇ ਘਰ ਚਲੇ ਜਾਓ। ਰੈਸਟ ਅਸ਼ੋਰ ਆਈ ਵਿਲ ਇਨਸ਼ੋਰ ਕਿ ਦਿਸ ਰੀਚਸ ਦ ਹਾਈਐਸਟ ਕੀ ਕਹਿੰਦੇ ਹੁੰਦੇ ਆ ਅਕੀਲੋਂਸ ਆਫ ਗਵਰਨਮੈਂਟ ਅਸੀਂ ਉੱਥੇ ਤੱਕ ਪਹੁੰਚਾਵਾਂਗੇ ਤੁਹਾਡੇ ਕੇਸ ਨੂੰ ਪਰਸਿਊ ਕਰਾਂਗੇ। ਧੰਨਵਾਦ ਜੀ ਸਰ। ਜਿਹੜਾ ਸਾਬਕਾ ਸੈਨਿਕ ਆ ਜਿਹੜਾ 20 ਫਰਵਰੀ ਦਾ ਦਿੱਲੀ ਜੰਤਰ ਮੰਤਰ ਤੇ ਧਰਨਾ ਲੱਗਾ ਹੋਇਆ ਉਹ ਕੰਟੀਨਿਊ ਜਿਹੜਾ ਵਾ ਉਹ ਸੰਕੇਤਕ ਧਰਨਾ ਸਾਡਾ ਚੱਲ ਰਿਹਾ ਵਾ ਤੇ ਅਸੀਂ ਜਿਹੜਾ 20 ਫਰਵਰੀ ਨੂੰ ਬਹੁਤ ਵੱਡਾ ਇਕੱਠ ਕੀਤਾ ਸੀਗਾ ਜੰਤਰ ਮੰਤਰ ਤੇ ਦੇਸ਼ ਦੇ ਕੋਨੇ ਕੋਨੇ ਤੋਂ ਸਾਬਕਾ ਸੈਨਿਕ ਉੱਥੇ ਪਹੁੰਚੇ ਸੀਗੇ ਲੇਕਿਨ ਲੱਖਾਂ ਦੇ ਹਿਸਾਬ ਨਾਲ ਇਕੱਠ ਹੋਣ ਦੇ ਬਾਵਜੂਦ ਵੀ ਸਰਕਾਰ ਦੇ ਕੰਨਾਂ ਤੇ ਜੀਵ ਨਹੀਂ ਰਹਿੰਗੀ। ਉਹਦੇ ਬਾਅਦ ਅਸੀਂ ਕੰਟੀਨਿਊ ਧਰਨਾ ਕੀਤਾ ਹੋਇਆ ਔਰ ਉਸੇ ਧਰਨਾ ਪ੍ਰਦਰਸ਼ਨ ਨੂੰ ਅਸੀਂ ਜਿਹੜੀ ਆ ਆਪਣੀ ਐਜੀਟੇਸ਼ਨ ਨੂੰ ਤੇਜ਼ ਕਰਦੇ ਹੋਏ ਅੱਜ ਦਾ ਜਿਹੜਾ 3 ਅਪ੍ਰੈਲ ਦਾ ਪ੍ਰੋਗਰਾਮ ਆ ਪੂਰੇ ਦੇਸ਼ ਦੇ ਜ਼ਿਲ੍ਹੇ ਹੈੱਡਕੁਆਟਰਾਂ ਦੇ ਵਿੱਚ ਪੂਰੇ ਦੇਸ਼ ਦੇ ਕੋਨੇ ਕੋਨੇ ਤੋਂ ਸਾਬਕਾ ਸੈਨਿਕ ਆਪਣੇ ਆਪਣੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਵਿੱਚ ਇਕੱਠੇ ਹੋ ਕੇ ਸ਼ਹਿਰ ਦੇ ਵਿੱਚ ਰੋਸ ਮਾਰਚ ਕਰਕੇ ਇਹ ਜਿਹੜਾ DCA ਸਾਹਿਬਾਂ ਨੂੰ ਮੈਂਬਰਾਂ ਨੂੰ ਦਿੱਤਾ ਰਾਸ਼ਟਰਪਤੀ ਜੀ ਦੇ ਨਾਂ ਤੇ ਪ੍ਰਾਈਮ ਮਿਨਿਸਟਰ ਜੀ ਦੇ ਨਾਂ ਤੇ ਡਿਫੈਂਸ ਮਿਨਿਸਟਰ ਦੇ ਨਾਂ ਤੇ ਜੋ ਸਾਡੇ ਨਾਲ ਵਧੀਕੀਆਂ ਹੋਈਆਂ ਨੇ ਵਨ ਰੈਂਕ ਵਨ ਪੈਨਸ਼ਨ ਦੇ ਵਿੱਚ ਇਕੁਅਲ MSP ਮੁੱਦਾ ਹੈ ਸਾਡਾ ਇਕੁਅਲ ਪੇ ਫੈਕਟਰ ਦਾ ਮੁੱਦਾ ਇਕੁਅਲ ਡਿਸੇਬਿਲਟੀ ਦਾ ਮੁੱਦਾ ਸਾਡੇ ਜਿਹੜੇ ਸ਼ਹੀਦ ਪਰਿਵਾਰ ਆ ਉਹਨਾਂ ਦੀਆਂ ਪੈਨਸ਼ਨਾਂ ਨਹੀਂ ਵਧੀਆਂ ਸਾਡੀਆਂ ਵੀਰ ਨਾਰੀਆਂ ਵਿਡੋ ਪੈਨਸ਼ਨਾਂ ਨਹੀਂ ਵਧੀਆਂ ਇਸ ਕਰਕੇ ਅਸੀਂ ਜੋ ਵੀ ਸਰਕਾਰ ਤੋਂ ਮੰਗ ਕਰਦੇ ਆ ਆਪਣਾ ਮੈਂਬਰ ਨੂੰ ਜਿਹੜਾ ਅੱਜ ਅਸੀਂ DC ਆਫਿਸ ਦਿੱਤਾ ਹੈ ਤੇ ਇਹ ਸਾਨੂੰ ਉਮੀਦ ਆ ਕਿ ਸਾਡਾ ਜਲਦੀ ਤੋਂ ਜਲਦੀ ਪਰਸਿਊ ਕਰਨਗੇ ਤੇ ਬਾਕੀ ਇਹ ਜਿਹੜਾ ਸਾਡਾ ਐਜੀਟੇਸ਼ਨ ਹੈ ਇਹ ਕੰਟੀਨਿਊ ਚੱਲਦਾ ਰਹੇਗਾ ਜਿੰਨਾ ਚਿਰ ਸਰਕਾਰ ਸਾਡੀਆਂ ਜਿਹੜੀਆਂ ਮੰਗਾਂ ਮੰਨ ਨਹੀਂ ਲੈਂਦੀ। ADC ਸਾਹਿਬ ਨੇ ਆਸ਼ਵਾਸਨ ਦਿੱਤਾ ਕਿ ਤੁਹਾਡੇ ਜਿਹੜੇ ਮੁੱਦੇ ਜਾਇਜ਼ ਨੇ ਉਹਨਾਂ ਨੇ ਪੜਿਆ ਵੀ ਹੈ ਸਾਡਾ ਮੈਮੋਰੈਂਡਮ ਔਰ ਇਹ ਜਿਹੜਾ ਕਿਉਂਕਿ ਸਾਡੇ ਸੈਂਟਰ ਦੇ ਰਿਲੇਟਡ ਇਸ਼ੂ ਨੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਿਵਾਇਆ ਕਿ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਵਾ ਇਹਨੂੰ ਪ੍ਰੋਸੈਸ ਕਰ ਦਿੱਤਾ ਜਾਏਗਾ ਤੇ ਜਿਹੜਾ ਪ੍ਰਾਈਮ ਮਿਨਿਸਟਰ ਰਾਸ਼ਟਰਪਤੀ ਭਵਨ ਜਾਂ ਜੋ ਵੀ ਡੈਸ 3 ਡੈਸ ਦਿੱਤੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਅਸੀਂ ਇੱਥੋਂ ਸਬਮਿਟ ਕਰ ਦਿੱਤਾ ਜਾਵੇ। 20 ਫਰਵਰੀ ਤੋਂ ਲੈ ਕੇ ਹੁਣ ਤੱਕ ਜੰਤਰ ਮੰਤਰ ਦਿੱਲੀ ਤੇ ਧਰਨਾ ਲਾਇਆ। ਇਹ ਧਰਨਾ ਜਿਹੜਾ ਜਿੰਨਾ ਵੀ ਆ ਅਸੀਂ ਸਾਰੀਆਂ ਜਿੰਨੀਆਂ ਵੀ ਜਥੇਬੰਦੀਆਂ ਹਿੰਦੁਸਤਾਨ ਦੀਆਂ ਨੇ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਅੱਗੇ ਲੱਗੋ ਪਰ ਕਿਸੇ ਨੇ ਵੀ ਅੱਗੇ ਲੱਗਣ ਦੀ ਕੋਸ਼ਿਸ਼ ਨਹੀਂ ਕੀਤੀ। ਸਿਰਫ ਸੂਬੇਦਾਰ ਮੇਜਰ SPS ਗੋਸਲ ਨੇ ਇੱਕ ਬੜਾ ਵੱਡਾ ਦਿਲ ਕਰਕੇ ਤੇ ਕਿਹਾ ਹੈਗਾ ਕਿ ਅਸੀਂ ਪੰਜਾਬ ਅੱਗੇ ਲੱਗੇਗਾ ਔਰ ਪੰਜਾਬ ਦੇ ਜਿੰਨੇ ਵੀ ਸਾਬਕਾ ਸੈਨਿਕ ਨੇ ਉਹ ਅੱਗੇ ਲੱਗਣਗੇ ਤੇ ਉਹ ਧਰਨੇ ਤੇ ਬੈਠ ਕੇ ਸ਼ੁਰੂ ਕਰਨਗੇ ਤੇ ਇਹਨਾਂ ਦੀ ਵੱਡੀ ਜਿਹੜੀ ਦਲੇਰੀ ਆ ਉਹ ਬੜੀ ਸ਼ਲਾਘਾਯੋਗ ਹੈ ਤੇ ਉਸੇ ਦਲੇਰੀ ਦੇ ਉੱਤੇ ਹਰ ਸਟੇਟ ਆਪਣਾ ਆਪਣਾ ਯੋਗਦਾਨ ਪਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਫੋਨ ਕਰਨ ਡਏ ਨੇ ਕਿ ਸਾਨੂੰ ਵੀ ਕਰਨ ਦਿੱਤੀ ਜਾਏ। ਇੱਕ ਇਹਨਾਂ ਨੇ ਬਹੁਤ ਇੱਕ ਖੁਸ਼ੀ ਦੀ ਹੋਰ ਗੱਲ ਕੀਤੀ ਹੈ ਕਿ ਜਿਹੜਾ ਇੱਕ ਸਟੇਟ ਕੇਰਲਾ ਕਿਸੇ ਦੇ ਹੱਥ ਵਿੱਚ ਆਉਣ ਵਾਲਾ ਨਹੀਂ ਉਹਨਾਂ ਨੂੰ ਇਹੋ ਜਿਹਾ ਮੋਟੀਵੇਟ ਕੀਤਾ ਕਿ ਡਿਫੈਂਸ ਮਿਨਿਸਟਰ ਨੂੰ ਆਪਣਾ ਉੱਥੇ ਦੀ ਜੋ ਯੋਜਨਾ ਸੀ ਉੱਥੇ ਜਾ ਕੇ ਸੰਬੋਧਨ ਕਰਨ ਦੀ ਉਹਨਾਂ ਨੂੰ ਉਹ ਵੀ ਵਾਪਸ ਲੈਣਾ ਪਿਆ। ਇਸ ਤੋਂ ਵੱਡਾ ਕੀ ਹੋ ਸਕਦਾ। ਸਾਰੀ ਕੇਰਲਾ ਸਟੇਟ ਇੱਕ ਇੱਕ ਕਰਕੇ ਬਾਰ ਬਾਰ ਫੋਨ ਕਰਨ ਡਏ ਨੇ ਕਿ ਗੋਸਲ ਸਾਹਿਬ ਜੋ ਤੁਸੀਂ ਬੀੜਾ ਚੁੱਕਿਆ ਇਹ ਨਿਪਟਾ ਕੇ ਹਟਿਓ ਇੱਥੋਂ ਬਿਨਾਂ ਆਪਣੀਆਂ ਮੰਗਾਂ ਦੇ ਪ੍ਰੈਕਟੀਕਲ ਹੱਲ ਕਰਵਾ ਕੇ ਫਿਰ ਹੀ ਇੱਥੋਂ ਨਿਕਲਣਾ ਤੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਜਿਹੜਾ ਪੰਜਾਬ 'ਚ ਰਣੀ ਰਹੇਗਾ ਇਹਨਾਂ ਗੱਲਾਂ ਦੇ ਨਾਲ। ਜੈ ਜਵਾਨ ਜੈ ਕਿਸਾਨ। ਜਿਵੇਂ ਕਿ ਪੂਰੇ ਭਾਰਤ ਦੇ ਸਾਬਕਾ ਸੈਨਿਕਾਂ ਨੂੰ ਔਰ ਜਨਤਾ ਨੂੰ ਪਤਾ ਆ ਕਿ 20 ਫਰਵਰੀ ਤੋਂ
जंतर मंत्र ते साबका सैनिकां दी हर जथेबंदी वल्लों जो मोर्चा लगाया गया जिहदे विच सानू और साडे अफसरां नू काफ़ी वेरिएशन दे विच पेंशनां और साडे इशू दे विच प्रॉब्लम क्रिएट कीतियां गईयां ने उहनू मद्देनज़र रखदे होए एक असी कहावत सुनी सी कि ना हुंदा जरनैल तां लड़दियां हुंदियां फौजां ने पर ये केंद्र सरकार ने और साडे अफसरां ने मिल के तत्थ नू बिल्कुल क्लीयर करता है कि मरन वाला कोई और उहदा इशू जां उहदा जिहड़ा फायदा बेनीफिट है वह लैण वाला कोई है। सो जो भी जे इहदे बारे वन रैंक वन पेंशन दे वास्ते जो टेबल एक और टेबल दो है उहदे वास्ते विचारां तुसीं सुन चुके हो एस पी गोसा सिंह साहब और सुखदेव सिंह साहब दियां। मैं तो यही कहांगा और हंबलनेस रिक्वेस्ट करांगा पूरे भारत के साबका सैनिकां नूं कि ये जो मोर्चा चलिया है संघर्ष चलिया इहदे विच वध चढ़ के योगदान पाओ और इहनूं कामयाब करो। ये साडे आने वाले भविख की और साडे जिहड़े साबका सैनिक जो बनने ने उन्हां दी लड़ाई है जी।